ਅਸਲਾਮੁਅਲੈਕੁਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਕਿ ਅੱਜ ਕੱਲ ਮੇਰਾ ਮੈਂ ਵੀਡੀਓ ਨਹੀਂ ਅਪਲੋਡ ਕਰ ਸਕੀ ਕੱਲ ਬੁਖਾਰ ਚੜਿਆ ਹੋਇਆ ਸੀ ਬਈ ਕਰੋਨਾ ਵੈਕਸੀਨ ਦਾ ਡੋਸ ਲੱਗਿਆ ਸੀ ਜਿਹੜਾ ਬੂਸਟਰ ਡੋਸ ਤੇ ਉਹਦੀ ਵਜ੍ਹਾ ਦੇ ਨਾਲ ਤਬੀਅਤ ਠੀਕ ਨਹੀਂ ਸੀ ਤੇ ਕੱਲ ਕੋਈ ਵੀਡੀਓ ਅਪਲੋਡ ਨਹੀਂ ਹੋ ਸਕੀ ਤੇ ਅੱਜ ਵੀ ਮੈਂ ਸੋਚਿਆ ਕਿ ਜੋ ਮੈਂ ਥੋੜੀ ਜੀ ਤੜਨ ਨਾਲ ਗੱਪਸ਼ਪ ਕਰ ਲੈਣੀ ਆ ਕਿਉਂਕਿ ਮੈਂ ਕੱਲ ਤੇ ਮੇਰੀ ਤਬੀਅਤ ਬਈ ਰਜ਼ਾਈ ਵਿੱਚ ਮੂ ਪਾ ਕੇ ਪੇਰੇ ਤੇ ਅਸੀਂ ਲੇਟੇ ਰਹੇ ਮੈਨੂੰ ਮੈਸੇਜ ਆਇਆ ਮਹਮ ਦਾ ਮਹਮ ਕਹਿਣ ਲੱਗੀ ਕਿ ਬਈ ਤੁਸੀਂ ਕਈ ਬੈਸੀ ਜਾਂਦੇ ਨੇ ਪਰ ਮਹਮ ਦਾ ਜਿਹੜਾ ਮੈਸੇਜ ਆਇਆ ਗਿਆ ਕਿ ਤੁਸੀਂ ਮੇਕਅਪ ਕਿਸ ਤਰ੍ਹਾਂ ਕਰਦੇ ਹੋ ਕੀ ਕਰਦੇ ਹੋ ਤੇ ਮੈਂ ਉਹਨੂੰ ਹੁਣ ਮੈਂ ਕੀ ਜਵਾਬ ਦੇਣ ਦੀ ਕਿ ਕੁੜੀਏ ਮੇਕਅਪ ਤਾਂ ਇੰਨਾ ਜ਼ਿਆਦਾ ਨਹੀਂ ਕਰਨੀ ਆ ਬਾਰਾ ਲਾਵੇ ਕਿ ਜਿਹੜਾ ਉਸ ਫਾਊਂਡੇਸ਼ਨ ਲਾ ਲਈ ਦੀ ਇਹ ਕਦੀ ਕਦਾਰ ਉਹ ਵੀ ਕਦੀ ਕਦਾਰ ਤੇ ਇਸ ਤਰ੍ਹਾਂ ਅ ਬਸ ਕਾਜਲ ਤੇ ਲਿਪਸਟਿਕ ਇਲਾਇਦਾ ਕਿਉਂਕਿ ਬੱਚਿਆਂ ਨੂੰ ਅੱਜਕੱਲ ਮੇਕਅਪ ਦਾ ਬੜਾ ਸ਼ੌਕ ਹੁੰਦਾ ਵੀ ਉਹ ਜਿਹੜਾ ਸਵਾਲ ਉਹਨਾਂ ਦਾ ਹੁੰਦਾ ਮੇਕਅਪ ਤੋਂ ਮੁਤਾਲਿਕ ਹੁੰਦਾ ਏ ਕੱਪੜਿਆਂ ਦੇ ਮੁਤਾਲਿਕ ਜਾਂ ਮੇਕਅਪ ਤੋਂ ਮੁਤਾਲਿਕ ਬਹਰ ਹੈ ਵੀ ਕਿ ਨਾਲ ਨਾਲ ਮੈਂ ਜਵਾਬ ਦੇ ਦੇਂਦੀ ਰਹੀ ਨਹੀਂ ਆ ਇੱਕ ਦੁਬਈ ਤੋਂ ਮੇਰੇ ਇੱਕ ਆਇਆ ਮੈਸੇਜ ਮੈਨੂੰ ਸ਼ਮੂਨਾ ਉਹਨਾਂ ਦਾ ਤੇ ਉਹਨਾਂ ਨੇ ਲਿਖਿਆ ਕਿ ਤੁਹਾਡੀ ਪੰਜਾਬੀ ਤੇ ਬੜੀ ਵਈ ਖਾਲਸ ਕਿਸਮ ਦੀ ਪੰਜਾਬੀ ਏ ਤੇ ਉਹ ਸ਼ਾਇਦ ਉਰਦੂ ਸਪੀਕਿੰਗ ਨੇ ਤੇ ਉਹਨਾਂ ਨੇ ਮੈਨੂੰ ਲਿਖਿਆ ਮੈਨੂੰ ਮੈ ਹਣ ਉਹਨਾਂ ਨੂੰ ਐਈ ਜਵਾਬ ਦੇਣੀ ਆ ਕਿ ਭਈ ਪੰਜਾਬੀਆਂ ਦੀ ਤੇ ਪੰਜਾਬੀ ਚ ਹੋਏਗੀ ਹੋਰ ਕੀ ਹੋਏਗਾ ਪੰਜਾਬੀਆਂ ਕੋ ਪੰਜਾਬੀ ਵੀ ਜੇ ਪੰਜਾਬੀ ਨਹੀਂ ਬੋਲ ਸਕੇਗਾ ਤਾਂ ਫੇਰ ਕੀ ਬੋਲੇਗਾ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਮੈਨੂੰ ਦੇਖਿਆ ਤੇ ਉਹਨਾਂ ਨੇ ਕਮੈਂਟ ਕੀਤਾ ਤੇ ਇਸ ਤਰ੍ਹਾਂ ਹੁੰਦਾ ਵੀ ਕਿ ਇਹ ਜਿਹੜੀ YouTube ਜਰਨੀ ਹੈ ਜਿਹੜੀ ਇਹ ਬੜੀ ਮੁਸ਼ਕਲ ਹੈ ਇਹ ਆਸਾਨ ਨਹੀਂ ਹੈ ਕਿ ਰੋਜ਼ਾਨਾ ਦੇ ਹਿਸਾਬ ਨਾਲ ਤੁਸੀਂ ਵੀਡੀਓ ਪਾਣੀ ਹੈ ਤੁਸੀਂ ਕਰਨੀ ਆਪਣੇ ਟਾਈਮ ਦੇਣਾ ਪੈਂਦਾ ਵੇ ਕਰਨਾ ਪੈਂਦਾ ਵੇ ਤੇ ਫਿਰ ਉਹ ਤੁਹਾਡਾ سلسلہ ਚੱਲਦਾ ਵੇ ਪਰ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਹੈ ਨਾ ਕਾਮ ਹੀ ਸਹੀ ਪਰ ਮੈਂ ਕਰਦੀ ਰਹਿਣੀ ਹੈ ਕੋਸ਼ਿਸ਼ ਕਿ ਚਲੋ ਮੈਂ ਥੋੜਾ ਬਹੁਤ ਕਰਦੀ ਰਵਾਂ ਇਸ ਹਵਾਲੇ ਦੇ ਨਾਲ ਘਰ-ਬਾਗ ਪਰ ਆਸਾਨ ਨਹੀਂ ਹੈ ਬਹੁਤ ਮੁਸ਼ਕਿਲ ਹੈ ਕਾਮ ਵਿੱਚ ਔਰ ਬੜੀ ਮੁਸ਼ਕਲ ਹੈ ਦਾ ਸਲਾ ਮਿਲਦਾ ਪਤਾ ਨਹੀਂ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਪਰ ਐਵੇਂ ਕਿ ਚਲੋ ਅਸੀਂ ਲੱਗੇ ਹੋਏ ਹਾਂ ਕਿਉਂਕਿ ਉਮੀਦਾਂ ਦਾ ਬੰਨ੍ਹ ਨਹੀਂ ਛੱਡਣਾ ਚਾਹੀਦਾ ਕਦੇ-ਕਦੇ ਮੈਂ ਯਕੀਨ ਮੰਨੋ ਬੜੀ ਮਾਯੂਸ ਹੋ ਜਾਂਨੀ ਆ ਬੜੇ ਮਤੇ ਮਾਯੂਸੀ ਤਾਰੀ ਹੋ ਜਾਂਦੀ ਆ ਮੈਂ ਬੜੀ ਸੈਡ ਸੈਡ ਹੋ ਜਾਂਨੀ ਆ ਪਰ ਐਵੇਂ ਕਿ ਫਿਰ ਮੈਂ ਫਿਰ ਹਿੰਮਤ ਫਾੜਨੀ ਆ ਕਿ ਨਹੀਂ ਜੀ ਚਲੋ ਥੋੜੀ ਜੀ ਹਿੰਮਤ ਪੜੋ ਤੇ ਕਰਨੇ ਆ ਦੁਬਾਰਾ ਕੋਸ਼ਿਸ਼ ਕਰਨੇ ਆ ਕਾਮਯਾਬੀ ਹਾਸਲ ਕਰਨ ਵਾਸਤੇ ਬੜੀ ਕੋਸ਼ਿਸ਼ ਕਰਨੀ ਪੈਂਦੀ ਆ ਪਲੇਟ ਵਿੱਚ ਰੱਖ ਕੇ ਤੁਹਾਨੂੰ ਕੋਈ ਨਹੀਂ ਦੇਂਦਾ ਪਰ ਆ ਵੀ ਕਿ ਕਦੀ ਤੇ ਪਲੇਟ ਸਾਹਮਣੇ ਆਵੇ ਬਈ ਹੁਣ ਤਾਂ ਨਹੀਂ ਕਿ ਹੁਣ ਅਸੀਂ ਇੱਕ ਲੱਗੇ ਰਹੀਏ ਤੇ ਪਲੇਟ ਵੀ ਸਾਹਮਣੇ ਨਾ ਆਵੇ ਤੇ ਚਲੋ ਅ ਚੱਲਦਾ ਰਹਿੰਦਾ سلسلہ ਤੇ ਮੈਂ ਇੱਕ ਨਾ ਤੁਹਾਨੂੰ ਸੁਣਾਣਾ ਚਾਹਨੀ ਸੀ ਬੜੀ ਅਗਰ ਮੈਨੂੰ ਮਿਲ ਜਾਵੇ ਤੇ ਬੜਾ ਅੱਛਾ ਸ਼ੇਰ ਮੇਰ ਕੋ ਪਿਆਵੇ ਮੇਰ ਹਲਤੀ ਹੋ ਗਈ ਮੈਂ ਕੱਢ ਕੇ ਰੱਖਤੀ ਪਹਿਲੋਂ ਹੀ ਨਾ ਤੇ ਬੜੇ ਅੱਛਾ ਇਹ ਦੇਖੋ ਦਿਲ ਦਾ ਵੇੜਾ ਉੰਜਮ ਖਲਮ ਖਾਲੀ ਸੀ ਵਿਛੜਨ ਵੇਲੇ ਅੱਖੀਆਂ ਦੇ ਵਿੱਚ ਲਾਲੀ ਸੀ ਬਾਪੂ ਵਰਗਾ ਬੋਹੜ ਦਾ ਬੂਟਾ ਹੁੰਦਾ ਸੀ ਇੱਥੇ ਕਿਦਰੇ ਮਾਂ ਵਰਗੀ ਇੱਕ ਟਾਲੀ ਸੀ ਤੇ ਇਹ ਮੈਂ ਬੜਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਇਹ ਜੇ ਸ਼ਾਇਦ ਵੀ ਜੜੀਏ ਕਿ ਜ਼ਬਰਦਸਤ ਅਲਫਾਜ਼ ਨੇ ਔਰ ਸਾਦੇ ਉਹ ਸਾਡੀ ਟਾਲੀਆਂ ਤੇ ਬੂਟੇ ਤੇ ਉਹ ਪਤਨੀਆਂ ਚੀਜ਼ਾਂ ਕਿੱਥੇ ਗਾਇਬ ਹੋ ਗਈਆਂ ਹੁਣ ਉਹ ਕਦੀ ਨਜ਼ਰ ਹੀ ਨਹੀਂ ਆਉਂਦੀਆਂ ਤੇ चलो कुछ और सुना देनी दिल भी देखा मन भी देखा देखी तेरी यारी भी मेरे बलम में हार गया तू जीती और हारी भी <laughs> मेरे को कुछ चीजा पाइं ने मैं क्या चलो मैं तनू सुना देनी हाँ छान मारोगे जो तुम सारा जहां फिर भी किस तरह पाओगे तुम प्यार हमारे जैसा खोद डालो जो जमी का भी चप्पा चप्पा कहीं ना पाओगे तुम यार हमारे जैसा लो भैया तो शेर वारी खुश नसीबी में जाने क्या से क्या हो जाएंगे इस मुख्तसर से प्यार में हम भी फना हो जाएंगे तो यह मेरा बड़ा फेवरेट है यह मैं थोनी तो हाँ बहुत अच्छे अल्फाज ने मैं उड़नहार हार कबूतरी ਮੇਰਾ ਬਦਲਾ ਨਾਲ ਸੰਜੋਗ ਮੇਰੇ ਕੱਟੇ ਪਰ ਸਿਆਦ ਨੇ ਜਦ ਹੋਈ ਮੈਂ ਉੱਡਣ ਜੋਗ ਮੇਰੇ ਪੈਰੀ ਰੋਣ ਚਾਂਜਰਾ ਤੇ ਸੀਨੇ ਉੱਠਦੀ ਹੋਕ ਮੇਰਾ ਜੁੱਸਾ ਚੀਕਾ ਮਾਰਦਾ ਮੇਰੀ ਸੁਣਦਾ ਨਾ ਕੋਈ ਕੂਕ ਮੈਂ ਉੱਡਣ ਹਾਰ ਕਬੂਤਰੀ ਮੇਰਾ ਬਦਲਾ ਨਾਲ ਸੰਜੋਗ ਤੇ ਇਸ ਤਰ੍ਹਾਂ ਮੈਨੂੰ ਕੋਈ ਚੀਜ਼ ਅਚੀ ਲੱਗਦੀ ਏ ਤੇ ਉਹ ਮੈਂ ਫਿਰ ਉਧਾਰ ਲੈਨੀ ਆ राबते भले न हो चाहते तो रहती हैं दर्द के तवस्त से निस्पते तो रहती हैं छोड़ जाने वालों को रोक तो नहीं सकते मुद्द तो मगर उनकी आदतें तो रहती हैं लो भाई <laughs> काफ़ी चीज़ा मैं थानू सुना दती हालांकि मेरा इरादा नहीं सी। सुना बस मेरे हाथ में टैबलेट सी ना तो मैं पढ़ के तहूँ सुना दिता ਤੇ ਮਾਹਮ ਨੇ ਇੱਕ ਪੁੱਛਿਆ ਸੀ ਜਿਹੜਾ ਸਵਾਲ ਸ਼ੁਰੂ ਚ ਮੈਂ ਕਿਹਾ ਸੀ ਤੇ ਮਾਹਮ ਮੈਂ ਕਿਸੇ ਦਿਨ ਆਪਕੀ ਫਰਮਾਇਸ਼ ਪੇ ਨਾ ਮੈਂ ਮੇਕਅਪ ਐਸਾ ਆਪਕੋ ਕਰਕੇ ਦਿਖਾ ਦੂੰਗੀ ਕਿ ਜੈਸੇ ਮੈਂ ਕਰਦੀ ਹੂੰ ਮੈਂ ਬਹੁਤ ਜ਼ਿਆਦਾ ਨਹੀਂ ਕਰਦੀ ਹੂੰ ਪਤਾ ਨਹੀਂ ਹੁਣ ਮਾਹਮ ਉਰਦੂ ਬੋਲਦੀ ਏ ਕਿ ਮਾਹਮ ਪੰਜਾਬੀ ਬੋਲਦੀ ਏ ਪਰ ਮੈਸੇਜ ਤੇ ਉਰਦੂ ਵਿੱਚ ਆਇਆ ਸੀ ਤੇ ਮਾਹਮ ਮੈਂ ਕਿਸੇ ਦਿਨ ਕਰਕੇ ਦਿਖਾ ਦਾਂਗੀ ਕੋਈ ਮੁਸ਼ਕਲ ਨਹੀਂ ਏ ਐਵੀ ਸਾਦਾ ਜਿਹਾ ਮੇਕਅਪ ਹੁੰਦਾ ਵੇ ਤਾਂ ਬੰਦਾ ਕਰ ਲੈਂਦਾ ਵੇ ਤੇ ਉਹ ਬੱਚੀਆਂ ਜਿਹੜਾ ਅੱਜਕਲ ਕਰਦੀਆਂ ਨੇ ਉਸੀ ਅਬ ਇਹ ਨੂੰ ਨਹੀਂ ਆਂਦਾ ਤੇ ਹੁਣ ਮੈਂ ਚੱਲਨੀ ਆ ਫਿਰ ਅਸੀਂ ਇਨਸ਼ਾਅੱਲਾ ਮਿਲਾਂਗੇ ਉਹ ਦਿਨਾਂ ਨਾਲ ਰੋਟੀਨ ਵਰਕ ਨੂੰ ਹੁਣ ਅੱਛਾ ਮੈਂ ਰਿਕਾਰਡ ਕਰਨਾ ਸ਼ੁਰੂ ਕਰਨਾ ਵੇ ਰੋਟੀਨ ਵਰਕ ਇਹ ਜਿਹੜਾ ਜਿਹੜਾ ਅਸੀਂ ਕੰਮ ਕਰ ਰਹੇ ਆ ਜਿਸ ਜਿਸ ਤਰ੍ਹਾਂ ਕਰਨੇ ਆ ਸਾਰ ਸਪਾਟੇ ਮੁੱਕ ਗਏ ਇੱਕ ਚਲੋ ਬਈ ਹੁਣ ਤੁਸੀਂ ਸਿੱਧੇ ਹੋ ਜਾਓ ਤੇ ਹੁਣ ਆਪਣੀ ਰੁਟੀਨ ਦੀ ਤਰਫ ਆ ਜਾਓ ਅੱਜ ਤੋਂ ਹੁਣ ਮੈਂ ਸ਼ੁਰੂ ਕਰਾਂਗੀ ਆਪਣਾ ਰੁਟੀਨ ਦੀ ਰਿਕਾਰਡਿੰਗ ਕਰਨਾ ਤੇ ਜੋ ਤੇ ਇਨਸ਼ਾਅੱਲਾ ਫਿਰ ਅਸੀਂ ਨਾਲੋਂ ਨਾਲ ਸਾਡਾ ਸਫ਼ਰ ਜਾਰੀ ਰਹੇਗਾ ਦੇਖੋ ਕਦੇ ਤੇ ਮੰਜ਼ਿਲ ਤੇ ਅਸੀਂ ਪਹੁੰਚਾਂਗੇ ਹੀ ਨਾ ਤੇ ਫਿਰ ਮਿਲਦੇ ਹਾਂ ਅੱਲਾ ਹਾਫਿਜ਼ ਤੇ ਰਬ ਰਾਖਾ